ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਮੁਸ਼ਰਫ ਅਤੇ ਤੁਸੀਂ ਦੇਖ ਰਹੇ ਹੋ ਜੈਨੀ ਐਨੀਮਲ ਟੀਵੀ। ਜੈਨੀ ਐਨੀਮਲ ਟੀਵੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਨਾਲ ਲੱਗਦੇ ਹੱਥ ਘੰਟੀ ਦੇ ਬਟਨ ਨੂੰ ਕਰੋ ਪ੍ਰੈਸ, ਤਾਂ ਕਿ ਅੱਛੀ ਔਰ ਲੇਟੈਸਟ ਵੀਡੀਓ ਮੇਰੇ ਵੀਰਾਂ ਤੀਕਰ ਪਹੁੰਚੇ। ਵੀਰ ਵੇਖਣ ਸਭ ਤੋਂ ਪਹਿਲੇ ਅਲਹਮਦੁਲਿਲਾ ਰੋਜ਼ਾਨਾ ਮਿਹਨਤ ਕਰੀ ਦੀਏ, ਜਾਨਵਰ ਕੱਢ ਕੱਢ ਕੇ ਲਿਆਂਦੇ ਨੇ। ਜਿਹੜਾ ਜਾਨਵਰ ਲਿਆਂਦਾ ਮਾਸ਼ਾਅੱਲਾ ਚੋਲਸਤਾਨੀ ਫਰੀਜ਼ੀਅਨ ਰੋਈ ਕਰਾਸ ਵੱਛੀ ਏ, ਮਗਰ ਜਿਹੜੀ ਏ ਸਾਹੀਵਾਲ ਅਤੇ ਫਰੀਜ਼ੀਅਨ ਲਾ ਲਓ ਜਾਂ ਚੋਲਸਤਾਨੀ ਫਰੀਜ਼ੀਅਨ ਲਾ ਲਓ ਵੱਛੀ ਏ, ਮਾਸ਼ਾਅੱਲਾ ਵੱਛੀ ਨੂੰ ਵੇਖੋਗੇ ਤੇ ਬਿਲਕੁਲ ਭੁੱਲ ਜਾਓਗੇ ਅਲਹਮਦੁਲਿਲਾ, ਤੇ ਮਾਂ ਨੂੰ ਵੇਖੋਗੇ ਤੇ ਬਿਲਕੁਲ ਵੱਛੀ ਦੀ ਨੂੰ ਤੇ ਭੁੱਲ ਜਾਓਗੇ ਵੱਛੀ ਨੂੰ। ਮਾਸ਼ਾਅੱਲਾ ਰੇਟ ਬਿਲਕੁਲ ਮਕੂਲ ਹੋਣਗੇ। ਦੁੱਧ ਦੀ ਮਾਲਕਾਂ ਦੀ ਗਰੰਟੀ 12 ਤੋਂ 13 ਗੜਵੀਆਂ ਦੀ ਏ, ਇਨਸ਼ਾਅੱਲਾ ਕੱਚੀ ਸੂਈ ਵਹਿੜੇ, ਬਾਕੀ ਇਨਸ਼ਾਅੱਲਾ ਤਸੱਲੀਆਂ ਕਰਵਾਉਣੇ ਔਰ ਘਰ ਬੈਠੇ ਵੀਰਾਂ ਨੂੰ ਜਾਨਵਰ ਵਿਖਾਉਣੇ। ਮਾਸ਼ਾਅੱਲਾ ਉਹਨਾਂ ਵੀਰਾਂ ਸਬਸਕ੍ਰਾਈਬਰਾਂ ਨੂੰ ਕਿਹੜੇ ਜਾਨੀ ਐਨੀਮਲ ਟੀਵੀ ਨਾਲ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ, ਚਾਹਤ ਕਰਦੇ ਨੇ, ਜਾਨਵਰ ਪੂਰਾ ਵੇਖਣਾ ਤਸੱਲੀ ਨਾਲ। ਚੋਲਸਤਾਨੀ ਫਰੀਜ਼ੀਅਨ ਮਗਰ ਵੱਛੀ ਸੂਈ ਨੂੰ 5ਵਾਂ ਦੇ ਨੇ, 6ਵਾਂ ਦੇ ਨੇ, 4ਵਾਂ ਦੇ ਨੇ, 2ਵਾਂ ਦੇ ਨੇ, ਮਾਲਕ ਦੇ ਜ਼ਬਾਨੀ ਹੋਣਗੇ। ਨਾੜਵਾ ਬਿਲਕੁਲ ਕੱਚਾ ਨਾਲ ਖੜਾ, ਗੂਠੇ ਰੰਗਾ ਮਾਸ਼ਾਅੱਲਾ ਮੋਟਾ, ਮੇਰੇ ਵੀਰ ਚੈੱਕ ਕਰ ਲਵਣਗੇ। ਬਾਕੀ ਵੈੜ ਜਿਹੜੀ ਏ ਪੂਰੀ ਸ਼ਹਿਜ਼ਾਦੀ ਏ, ਘਰੇਲੂ ਵੈੜ ਏ, ਘਰ ਵਿੱਚ ਇਨਸ਼ਾਅੱਲਾ ਚਵਾਈ ਕਰਦੇ ਨੇ, ਬਾਕੀ ਤਸੱਲੀ ਕਰ ਲੈਣੀ ਏ, ਇਹ ਵਪਾਰ ਦੇ ਅੱਡੇ 'ਤੇ ਨਹੀਂ ਖੜੀ, ਬਿਲਕੁਲ ਘਰੇਲੂ ਵੱਛੀ ਏ। ਮੇਰੇ ਵੀਰਾਂ ਨੇ ਅੰਦਾਜ਼ ਚੈੱਕ ਕਰਨਾ ਵੱਛੀ ਦੇ ਖਲੋਵਣ ਦਾ, ਬਵਣ ਦਾ, ਔਰ ਬਾਕੀ ਇਨਸ਼ਾਅੱਲਾ ਟੋਰਾ ਫੇਰਾ ਵੀ ਚੈੱਕ ਕਰਵਾਵਾਂਗੇ। ਵੱਛੀ ਦੀ ਲੱਤ ਚੈੱਕ ਕਰਨੀ ਏ, ਟੰਡ ਪੱਧਰ, ਫੇਸ ਕੁਆਲਿਟੀ ਬੜੀ ਸੋਹਣੀ, ਮਾਸ਼ਾਅੱਲਾ ਬੜੀ ਸ਼ਹਿਜ਼ਾਦੀ, ਸਾਰੇ ਪਾਸੋਂ ਵੈੜ ਬੜੀ ਖਰੀ ਏ। ਪਹਿਲਾ ਵਾਰ ਹੈ ਜਾਂ ਦੂਜਾ, ਮਾਲਕ ਦੇ ਜ਼ਬਾਨੀ ਹੋਣਗੀਆਂ। ਲਿਬਾਸ ਵਾਨਾ ਬਹੁਤ ਜ਼ਿਆਦਾ, ਔਰ ਬਾਕੀ ਇਨਸ਼ਾਅੱਲਾ ਆਰਡਰ ਕੁਆਲਿਟੀ ਫੱਟਾ, ਜਿਸ ਤਰੀਕੇ ਲਾਈਫ ਦੀ ਹੁੰਦੀ ਫੱਟੇ, ਮਾਸ਼ਾਅੱਲਾ ਫਾੜੀ ਵਾਲਾ ਲਿਬਾਸ ਵਾਨਾ, ਔਰ ਬੜਾ ਹੀ ਮਾਸ਼ਾਅੱਲਾ ਕਸਮਾ ਲਿਬਾਸ ਵਾਨਾ ਹੈ। ਤੋਰ ਫੇਰ ਕੇ ਵੈੜ ਨੂੰ ਵਿਖਾਵਾਂਗੇ, ਪੇਟ ਕਸਮਾ ਦੂਸਰੀ ਸੈਰ ਲਿਬਾਸ ਵਾਨੇ ਦੀ ਵੀ ਮੁਕੰਮਲ ਤੌਰ 'ਤੇ ਚੈੱਕ ਕਰ ਲੈਣੀ ਹੈ, ਵੈੜ ਦਾ ਟੋਰਾ ਜਿਸਮਾਨੀ ਤੌਰ 'ਤੇ, ਔਰ ਮਾਸ਼ਾਅੱਲਾ ਲੋੜਦਾਰ ਨੂੰ, ਔਰ ਬਾਕੀ ਟੋਰਾ ਪੂਰਾ ਸ਼ਹਿਜ਼ਾਦੀ ਵੈੜ ਏ। ਮੇਰੇ ਵੀਰ ਚੈੱਕ ਕਰ ਲਉਣ, ਇਨਸ਼ਾਅੱਲਾ ਲੈਣਾ ਦੇਣਾ ਇੱਕ ਮੁਕੱਦਰ ਏ, ਇੱਕ ਨਸੀਬ ਏ। ਜਾਨਵਰ ਖਰਾ, ਐਬ ਲੁਕਸ ਤੋਂ ਬਿਲਕੁਲ ਪਾਕ, ਜਾਨਵਰ ਗਰੰਟਡ, ਬਾਕੀ ਇਨਸ਼ਾਅੱਲਾ ਮਗਰ ਵੱਛੀ ਸੀਲਤਾਂ, ਖੂਬਸੂਰਤੀਆਂ, ਆਰਡਰ ਕੁਆਲਿਟੀਆਂ, ਨਸਲਾਂ ਮੇਰੇ ਵੀਰ ਚੈੱਕ ਕਰਨਗੇ। ਰੇਟ ਬਿਲਕੁਲ ਮਕੂਲ, ਜਾਇਜ਼ ਮੁਨਾਸਿਬ, ਮੁਹੱਬਤ ਪਿਆਰ ਔਰ ਚਾਹਤ ਲਵਾਂਗੇ। ਮਾਸ਼ਾਅੱਲਾ ਵੈੜ ਦਾ ਇੱਕ ਇੱਕ ਖੁਰ ਦਾ ਮੁੱਲ, ਇੱਕ ਇੱਕ ਇਨਸ਼ਾਅੱਲਾ ਵਾਲ ਦਾ ਮੁੱਲ ਨਹੀਂ ਲੈਣਾ, ਸਿਰਫ ਔਰ ਸਿਰਫ ਅੱਜ ਵੱਛੀ ਦਾ ਮੁੱਲ ਹੀ ਲੈਣਾ ਹੈ। ਇਨਸ਼ਾਅੱਲਾ ਜਿਹੜੇ ਵੀਰ ਚਾਹਣ ਵਾਲੇ ਨੇ, ਸਾਨੂੰ ਵੇਖਣ ਵਾਲੇ ਨੇ, ਵੈੜ ਦਾ ਇੱਕ ਇੱਕ ਅੰਗ ਪੜ ਲੈਣਗੇ। ਮਾਸ਼ਾਅੱਲਾ ਤਾਰੀਫ ਸੋਹਣੇ ਰੱਬ ਦੀ ਏ, ਲੇਕਿਨ ਜਾਨਵਰ ਦੀ ਥੋੜ੍ਹੀ ਮੋਟੀ ਤਾਰੀਫ ਕਰਾਂਗੇ, ਜਿਹੜੀ ਤਾਰੀਫ ਦੇ ਇਨਸ਼ਾਅੱਲਾ ਬਿਲਕੁਲ ਵੀਰਾਂ ਨੂੰ ਪਸੰਦ ਵੀ ਆਵੇਗੀ, ਜਿਹੜੀ ਗੱਲ ਹੋਵੇਗੀ ਜਾਨਵਰ ਦੇ ਮੁਤਾਬਕ ਹੋਵੇਗੀ, ਚਵਾਈ ਵਿੱਚੇ ਕਰਾਵਾਂਗੇ। ਘਰ ਬੈਠਿਆਂ ਦੇ ਦੋਸਤਾਂ ਭਰਾਵਾਂ ਨੂੰ, ਸਬਸਕ੍ਰਾਈਬਰਾਂ ਨੂੰ ਤਸੱਲੀਆਂ ਕਰਵਾ ਦਿਆਂਗੇ। ਇਨਸ਼ਾਅੱਲਾ ਬਾਕੀ ਲੈਣਾ ਦੇਣਾ ਇੱਕ ਮੁਕੱਦਰ ਏ, ਨਸੀਬ ਏ। ਜਾਨਵਰ ਐਬ ਨੁਕਸ ਤੋਂ ਪਾਕ ਦਿਆਂਗੇ, ਜਾਨਵਰ ਇਨਸ਼ਾਅੱਲਾ ਤਸੱਲੀ ਵਾਲਾ ਗਰੰਟਡ ਦਿਆਂਗੇ, ਬਾਕੀ ਇਨਸ਼ਾਅੱਲਾ ਚਵਾਈ ਵਿੱਚੇ ਕਰਾਵਾਂਗੇ। ਘਰ ਬੈਠਿਆਂ ਦੇ ਵੀਰਾਂ ਭਰਾਵਾਂ ਦੋਸਤਾਂ ਦੇ ਇਨਸ਼ਾਅੱਲਾ ਦਿਲ ਜਿੱਤਾਂਗੇ। ਮਾਸ਼ਾਅੱਲਾ ਵੈੜ ਜਿਹੜੀ ਏ ਪੂਰੀ ਖਰੀ ਏ, ਪੂਰੀ ਸ਼ਹਿਜ਼ਾਦੀ ਏ, ਮਾਸ਼ਾਅੱਲਾ ਤਸੱਲੀ ਕਰ ਲੈਣੀ ਏ, ਬਾਕੀ ਚਵਾਈ ਜਿਹੜੀ ਏ ਮੁਕੰਮਲ ਆਡੇ ਵੀਰਾਂ ਨੂੰ ਕਰਕੇ ਇਹ ਲਓ ਬਰਤਨ ਲਵਾ ਲਓ।
ਬਾਕੀ ਚੱਲਾਂ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੀ ਅਗਰ ਸਾਹਮਣੇ ਖਾਲੀ ਚੈੱਕ ਕਰਾ ਜੀ ਪੜੀ ਚੱਲ ਠੀਕ ਹੈ ਬਾਕੀ ਇਨਸ਼ਾਅੱਲਾ ਮੇਰੇ ਵੀਰਾਂ ਭਰਾਵਾਂ ਦੀ ਦੋਸਤਾਂ ਦੀ ਨਜ਼ਰ ਦੇ ਸਾਹਮਣੇ ਬਾਕੀ ਇੱਕ ਇੱਕ ਤਾਰ ਸਿਵਾਈ ਮੁਕੰਮਲ ਸਾਡੇ ਵੀਰਾਂ ਨੂੰ ਕਰਕੇ ਵਿਖਾਉਂਦੇ ਪਏ ਹਾਂ ਔਰ ਘਰ ਬੈਠੇ ਦੋਸਤਾਂ ਨੂੰ ਤਸੱਲੀਆਂ ਕਰਵਾਉਣੇ ਮਾਸ਼ਾਅੱਲਾ ਮੇਰੇ ਵੀਰਾਂ ਦੀ ਨਜ਼ਰ ਦੇ ਸਾਹਮਣੇ ਤਸੱਲੀਆਂ ਕਰਨੀਆਂ ਕਮੀਜ਼ ਸੈੱਟ ਕਰੋ ਸਾਨੂੰ ਚੋਣੀ ਚੋਣੀ ਕੋਈ ਨਹੀਂ ਆਉਂਦੀ ਇਨਸ਼ਾਅੱਲਾ ਸ਼ਰ ਤੂੰ ਚੌਕ ਵੇਖ ਲੈ ਮੈਨੂੰ ਵੀ ਕੋਈ ਨਹੀਂ ਚੋਣੀ ਆਉਂਦੀ ਬਾਕੀ ਇਨਸ਼ਾਅੱਲਾ ਵੀਰਾਂ ਨੂੰ ਤਸੱਲੀਆਂ ਕਰਵਾਉਣੇ ਆ ਮੈਨੂੰ ਚਵਾਈ ਕਰਨੀ ਥਣ ਪਾਸ ਕਰ ਸਕਦਾ ਲੇਕਿਨ ਚਵਾਈ ਜਿਹੜੀ ਹੈ ਆਪਦੇ ਵੀਰਾਂ ਨੂੰ ਵਹਾਵਾਂਗੇ ਇਵੇਂ ਝੁੱਟੀਆਂ ਨਾਲ ਹੀ ਕਰਾਂਗੇ ਬਾਕੀ ਇਨਸ਼ਾਅੱਲਾ ਬੰਦਾ ਕੋਈ ਨਹੀਂ ਚਵਾਈ ਵਾਲਾ ਘਰ ਬੀਬੀਆਂ ਚਵਾਈ ਕਰਦੀਆਂ ਨੇ ਇਨਸ਼ਾਅੱਲਾ ਮੈਨੂੰ ਚਵਾਈ ਕਰਨੀ ਨਹੀਂ ਆਉਂਦੀ ਬਾਕੀ ਮੇਰੇ ਵੀਰ ਤਸੱਲੀ ਕਰ ਲੈਣ ਘਰ ਬੈਠੇ ਵੀਰਾਂ ਨੂੰ ਜਾਨਵਰ ਵਹਾਉਣ ਦਾ ਤੇ ਬਾਕੀ ਇਨਸ਼ਾਅੱਲਾ ਪੂਰੀਆਂ ਤਸੱਲੀਆਂ ਕਰਵਾਉਂਦੇ ਪਏ ਹਾਂ ਮੇਰੇ ਵੀਰ ਭਰਾ ਦੋਸਤ ਮੇਰੇ ਸਬਸਕ੍ਰਾਈਬਰ ਤਸੱਲੀ ਨਾਲ ਚੈੱਕ ਕਰ ਲਵਣ ਮਾਸ਼ਾਅੱਲਾ ਜਾਨਵਰ ਪੂਰਾ ਖਰਾ ਔਰ ਸ਼ਹਿਜ਼ਾਦੀ ਵੈੜ ਪੂਰੀ ਮਾਸ਼ਾਅੱਲਾ ਵੀਰਾਂ ਭਰਾਵਾਂ ਦੀ ਨਜ਼ਰ ਦੇ ਸਾਹਮਣੇ ਤਸੱਲੀਆਂ ਕਰ ਲੈਣੀਆਂ ਨੇ ਮਾਸ਼ਾਅੱਲਾ ਜਾਨਵਰ ਨੂੰ ਪੂਰਾ ਵੇਖ ਲੈਣਾ ਪਰਖ ਲੈਣਾ ਜਿਹੜਾ ਦੁੱਧ ਦੇਗੀ ਚਾਰ ਸਿਰ ਕੱਢੇ ਪੰਜ ਸਿਰ ਕੱਢੇ ਛੇ ਸਿਰ ਕੱਢੇ ਕੱਚੀ ਸੂਈ ਵਹਿੜੇ ਮਾਲਕਾਂ ਦੀ ਜਿਹੜੀ ਗਰੰਟੀ ਹੋਵੇਗੀ ਉਹ ਦੋ ਟਾਈਮ 'ਚ ਆਵਾਂਗੇ ਮਗਰ ਵੱਛੀ ਹੈ ਸਾਹੀਵਾਲ ਅਤੇ ਜਰਸੀ ਦਾ ਟੱਚ ਵਿੱਚ ਵੱਛੀ ਦੇ ਮੈਂ ਵੀਰਾਂ ਨੂੰ ਪੂਰੀਆਂ ਤਸੱਲੀਆਂ ਕਰਾਵਾਂਗਾ ਇੱਕ ਵਾਰੀ ਵੱਛੀ ਦੀ ਚਵਾਈ ਕਰਵਾ ਕੇ ਅਤੇ ਬਾਕੀ ਇਨਸ਼ਾਅੱਲਾ ਬਾਅਦ 'ਚੋਂ ਮਗਰ ਜਿਹੜੀ ਵੱਛੀ ਹੈ ਉਹ ਵੀ ਵਿਖਾਵਾਂਗਾ ਇਨਸ਼ਾਅੱਲਾ ਮੇਰੇ ਵੀਰ ਭਰਾ ਦੋਸਤ ਮੇਰੇ ਸਬਸਕ੍ਰਾਈਬਰ ਜਿਹੜੇ ਨੇ ਤਸੱਲੀ ਕਰ ਲਵਣ ਵੈੜ ਦੀ ਚਵਾਈ ਪੂਰੀ ਮੁਕੰਮਲ ਤੌਰ 'ਤੇ ਵਿਖਾਉਂਦੇ ਪਏ ਹਾਂ ਔਰ ਘਰ ਬੈਠੇ ਹਾਂ ਵੀਰਾਂ ਭਰਾਵਾਂ ਦੋਸਤਾਂ ਨੂੰ ਇਨਸ਼ਾਅੱਲਾ ਚਵਾਈ ਜਿਹੜੀ ਕਰਨੀ ਕੋਈ ਨਹੀਂ ਆਉਂਦੀ ਬਸ ਇਨਸ਼ਾਅੱਲਾ ਅੱਜ ਚਵਾਈ ਕਰਨ ਵਾਲਾ ਬੰਦਾ ਵੀ ਕੋਈ ਨਹੀਂ ਦੇ ਘਰ ਇਨਸ਼ਾਅੱਲਾ ਬੀਬੀਆਂ ਭੈਣਾਂ ਹੀ ਚਵਾਈ ਕਰਦੀਆਂ ਨੇ ਅਤੇ ਅਸੀਂ ਵੀ ਜਿਹੜੀ ਹੈ ਵੀਰਾਂ ਨੂੰ ਜਿਵੇਂ ਦੀ ਚਵਾਈ ਹੋਈ ਕਰਕੇ ਵਹਾ ਦਿਆਂਗੇ ਬਾਕੀ ਵੀਰ ਜਿਹੜੇ ਜਾਣਦੇ ਨੇ ਸਾਨੂੰ ਉਹ ਇਨਸ਼ਾਅੱਲਾ ਪਤਾ ਵੇਖ ਲੈਣਗੇ ਆਪ ਵੀ ਕਿ ਦੁੱਧ ਜਾਨਵਰ ਦੇਣ ਵਾਲਾ ਹੈ ਕਿ ਨਹੀਂ ਦੇਣ ਵਾਲਾ ਅੱਜ ਸਾਡੀ ਚਵਾਈ ਠੀਕ ਹੈ ਨਹੀਂ ਠੀਕ ਹੈ ਉਹ ਆਪ ਵੀਰ ਇਨਸ਼ਾਅੱਲਾ ਸਾਡੇ ਨਾਲ ਜ਼ਿਆਦਾ ਜਾਣਦੇ ਨੇ ਸਾਡੇ ਕੋਲ ਇਨਸ਼ਾਅੱਲਾ ਕੋਈ ਮਿਸਟੇਕ ਹੋ ਜਾਵੇ ਗਲਤੀ ਹੋ ਜਾਵੇ ਚਵਾਈ ਵਿੱਚ ਤਾਂ ਮਾਜ਼ਰ ਹੈ ਕਿਉਂਕਿ ਸਾਨੂੰ ਵੱਲ ਕੋਈ ਨਹੀਂ ਡਾਂਦਾ ਕਿਉਂਕਿ ਅਸੀਂ ਆਪ ਡਰ ਡਰ ਕੇ ਹੱਥ ਲਾ ਰਹੇ ਹਾਂ ਚਵਾਈ ਵਾਸਤੇ
ਜਾਨਵਰ ਦੇ ਥਣ ਨੂੰ ਹੀ ਡਰ ਡਰ ਕੇ ਹੱਥ ਲਾਉਂਦੇ ਹਾਂ, ਬਾਕੀ ਵੀਰਾਂ ਭਰਾਵਾਂ ਦੀ ਨਜ਼ਰ ਦੇ ਸਾਹਮਣੇ ਤਸੱਲੀ ਕਰ ਲੈਣੀ ਹੈ। ਧਾਰ ਮੇਰੇ ਵੀਰਾਂ ਨੇ ਚੈੱਕ ਕਰਨੀ ਮੋਟੀ, ਇਹ ਚੈੱਕ ਕਰਨੀ, ਧਾਰ ਚੈੱਕ ਕਰਨੀ ਹੈ ਇੱਕ ਇੱਕ, ਔਰ ਥਣ ਦੀ ਲੋਕੇਸ਼ਨ ਵੰਡ ਵੀਰ ਨੂੰ ਚੈੱਕ ਕਰਨੀ। ਬੰਦਾ ਥੱਕ ਗਿਆ ਕਿਉਂਕਿ ਕਦੀ ਚੁਆਈ ਨਹੀਂ ਕੀਤੀ ਪਹਿਲੇ। ਤੂੰ ਚੁਆਈ ਕਰ ਲੈ ਥੋੜ੍ਹੀ, ਭਰਾ ਜਾ ਬਸ ਕਰ, ਸ਼ਿਫੇ ਨਾਲ ਕਰ ਲੈਂਦਾ ਭਰਾ ਜਾ, ਕਰ ਲੇਗਾ। ਮੇਰੇ ਵੀਰਾਂ ਨੇ ਚੈੱਕ ਕਰਨਾ ਹੈ ਕਿ ਇਨਸ਼ਾਅੱਲਾ ਬੰਦਾ ਸਾਡਾ ਥੋੜ੍ਹਾ ਟ੍ਰੇਨ ਹੋ ਗਿਆ। ਬੱਚਾ ਅੱਗੇ ਬਣਨਾ, ਬੱਚਾ ਅੱਗੇ ਬਣ ਗਿਆ। ਬਸ ਕਰ ਜਾ, ਮੈਂ ਨਾ ਛੱਡ ਦੇ, ਬਸ ਕਰ ਜਾ, ਬਸ ਕਰ ਜਾ ਯਾਰ, ਇੱਕ ਥਣ ਪਿਆ ਨਹੀਂ ਚਵਾਈ ਹੁੰਦੀ ਪੀ, ਚਵਾਈ ਨਹੀਂ ਹੋ ਰਹੀ, ਬਾਕੀ ਦੋਵਾਂ ਥਣਾਂ ਦੀ ਬਾਕੀ ਦੁੱਧ ਬਹੁਤ ਖੜੇ। ਮੈਂ ਨਾ ਥੱਕ ਨਾ ਜਾਵੇ ਪਾਈ, ਆ ਕਿਲੋ ਅੱਧਾ ਕਿਲੋ ਘੱਟ ਹੋਵੇ ਕੋਈ ਮਸਲਾ ਨਹੀਂ ਯਾਰ, ਆਪਾਂ ਅੱਧਾ ਕਿਲੋ ਨਾ ਛੱਡ ਦਈਏ, ਦੁੱਧ ਬਹੁਤ ਖੜੇ, ਆ ਬਾਕੀ ਇਹ ਪਰਲਾ ਥੰਦ ਪਕੜਾ ਹੀ ਹੋਣੀ। ਓਏ ਜੇਕਰ ਤਾਂ ਚੋਈ ਅੱਧੀ ਏ, ਅੱਧੀ ਚੋਈ ਏ, ਵੱਲ ਹੀ ਨਹੀਂ ਆਂਦਾ ਪਿਆ। ਤਾਰ ਚੈੱਕ ਕਰਨੀ ਕਿੱਡੀ ਕਿੱਡੀ ਮੋਟੀ ਮਾਸ਼ਲ, ਅਗਰ ਕੋਈ ਚਵਾਈ ਕਰਨ ਵਾਲਾ ਹੋਵੇ ਇਨਸ਼ਾਅੱਲਾ ਉਹ ਜਾਨਵਰ ਨੂੰ ਪੂਰਾ ਤਸੱਲੀ ਨਾਲ ਵੇਖ ਵੀ ਸਕਦਾ, ਤਸੱਲੀਆਂ ਵੀ ਕਰ ਸਕਦਾ। ਬੱਚੇ ਨੂੰ ਛੱਡ ਦੇ, ਮੈਂ ਕਹਿੰਦਾ ਛੱਡ ਦੇ ਯਾਰ, ਛੱਡ ਦੇ ਬੱਚੇ ਨੂੰ, ਮੇਰੇ ਵੀਰਾਂ ਭਰਾਵਾਂ ਦੀ ਨਜ਼ਰ ਦੇ ਸਾਹਮਣੇ ਬੱਚੇ ਨੂੰ ਛੱਡ ਕੇ ਇਨਸ਼ਾਅੱਲਾ ਦੁੱਧ ਕੱਢਿਆ। ਬਾਕੀ ਇਨਸ਼ਾਅੱਲਾ ਗੜਵੀ ਮਾਰ ਕੇ ਤੇ ਵੀਰਾਂ ਚੈੱਕ ਕਰਵਾ ਦਾਂਗੇ। ਭਾਈ ਜੀ ਗੜਵੀ ਲਿਓ, ਦੁੱਧ ਚੈੱਕ ਕਰ ਲੈਣਾ, ਮਾਸ਼ਾਅੱਲਾ ਪੂਰੀ ਸ਼ਹਿਜ਼ਾਦੀ ਏ। ਹਾਲਾਂਕਿ ਉਪਰੇ ਬੰਦੇ ਸਨ, ਡਰਦੀ ਕੋਈ ਨੀ, ਮਾਸ਼ਾਅੱਲਾ ਵੀਰਾਂ ਭਰਾਵਾਂ ਦੀ ਨਜ਼ਰ ਦੇ ਸਾਹਮਣੇ ਪੂਰਾ ਵਹਿਣ ਨੂੰ ਮੁਖਾਲਦੇ ਆ, ਤਸੱਲੀ ਕਰਨੀ ਹੈ। ਲਿਆਓ ਜਿੱਧਰ ਚੈੱਕ ਕਰੋ, ਇੱਕ ਇਹ, ਦੋ ਇਹ, ਤਿੰਨ ਇਹ, ਚਾਰ ਇਹ, ਪੰਜ ਜੇ ਜੀ ਚਵਾਈ ਕਰਨੀ ਆਈ ਭਾਈ ਨਾ ਕੱਢਦਾ ਸੀ, ਇਹ ਛੇ, ਇਹ 7 ਲੀਟਰ। ਮਾਸ਼ਾਅੱਲਾ ਮੇਰੇ ਵੀਰਾਂ ਦੀ ਨਜ਼ਰ ਦੇ ਸਾਹਮਣੇ ਗੜਵੀ ਚੈੱਕ ਕਰ ਲੈਣੀ ਹੈ, ਘਰੇਲੂ ਗੜਵੀ ਬਿਲਕੁਲ ਜੱਟ ਜ਼ਿਮੀਦਾਰਾਂ ਵਾਲੀ। ਮਾਸ਼ਾਅੱਲਾ ਬਹਿਣ ਨੇ ਦੁੱਧ ਜਿਹੜਾ ਕੱਢਿਆ ਉਹ ਹੈਗਾ ਤਕਰੀਬਨ 7 ਗੜਵੀਆਂ। ਬੱਚਿਆਂ ਨੂੰ ਛੱਡ ਕੇ ਕਲੀਅਰ ਵੱਛੀ ਚੈੱਕ ਕਰਨੀ ਮੇਰੇ ਵੀਰਾਂ ਨੇ, ਮਗਰ ਵੱਛੀ ਹੈ ਸਾਹੀਵਾਲ ਅਤੇ ਜਰਸੀ। ਵੱਛੀ ਦੇ ਕੰਨ ਚੈੱਕ ਕਰਨੇ ਨੇ ਮਾਸ਼ਾਅੱਲਾ, ਇਹ ਚੈੱਕ ਕਰਨੇ ਨੇ ਵੱਛੀ ਦੇ ਜਰਸੀ ਰੰਗ ਬਿਲਕੁਲ ਕੰਨ ਨੇ, ਔਰ ਕਲਰ ਚੈੱਕ ਕਰਨਾ ਮਾਸ਼ਾਅੱਲਾ। ਔਰ ਬਾਕੀ ਇਨਸ਼ਾਅੱਲਾ ਬਾਈ ਤੋਂ ਡਿਟੇਲਾਂ ਲੈਂਦੇ ਹਾਂ ਕੀ ਗੱਲਬਾਤ ਹੈ, ਕੀ ਰੇਟ ਹੈ ਔਰ ਕੀ ਗੱਲਾਂ ਨੇ। ਮਾਸ਼ਾਅੱਲਾ ਬਾਕੀ ਬਾਈ ਤੋਂ ਡਿਟੇਲਾਂ ਲੈਂਦੇ ਹਾਂ ਔਰ ਗੱਲਾਂ ਬਾਤਾਂ ਪੁੱਛਦੇ ਹਾਂ। ਅਸਲਾਮ ਵਾਲੇਕੁਮ।
ਕੀ ਹਾਲ ਚਾਲ ਹੈ ਭਾਈ? ਮਾਸ਼ਾਅੱਲਾ ਚਵਾਈ ਤੈਨੂੰ ਵੀ ਮੇਰੇ ਤਰ੍ਹਾਂ ਵਾਹਵਾ ਕਰਨੀ ਆਉਂਦੀ? ਕੋਈ ਨੀ ਆਉਂਦੀ। ਮੇਰੇ ਵੀਰਾਂ ਨੂੰ ਦੱਸਣਾ ਆਪਣੇ ਜਾਨਵਰ ਚ ਕਿਸੇ ਕਿਸਮ ਦਾ ਐਬ ਜਾਂ ਨੁਕਸ ਉਹਦੀ ਤੇਰੀ ਜ਼ਿੰਮੇਵਾਰੀ ਹੈ। ਚਵਾਈ ਤਾਂ ਅਸੀਂ ਕਰ ਲਈ, ਆਪ ਥਣ ਪਾਸ ਕਰ ਲੈਣੇ, ਤਸੱਲੀ ਹੋ ਗਈ, ਸਾਡਾ ਦਿਲ ਖੁਸ਼ ਹੋ ਗਿਆ ਚਵਾਈ ਦੇਖ ਕੇ। ਬਾਕੀ ਇਨਸ਼ਾਅੱਲਾ ਹਰ ਚੀਜ਼ ਦੀ ਤੁਹਾਡੀ ਗਰੰਟੀ ਹੈ, ਗਰੰਟੀ ਹੈ। ਘਰੇਲੂ ਬੈਡ ਹੈ, ਜਿਹੜਾ ਮਰਜ਼ੀ ਬੈਗ ਚੋਲ ਮੰਗੇ ਤੋਂ ਬਗੈਰ ਕਲੀ, ਮਗਰ ਬੱਚੀ ਹੈ ਸਾਈ ਵਾਲ ਜਰਸੀ ਕਰਾਓ। ਪਹਿਲਾ ਵਾਰ ਹੈ ਕਿ ਦੂਜਾ? ਦੂਸਰਾ ਵਾਰ ਹੈ। ਬੱਚੀ ਪੂਰੀ ਸ਼ਹਿਜ਼ਾਦੀ ਹੈ। ਮੇਰੇ ਭਰਾ ਨੇ ਆਹ ਗੱਲ ਕਰਨੀ, ਆਪਾਂ ਦੁੱਧ ਕਿਹੜਾ ਸੱਤ ਕੱਢਦੇ ਹਾਂ। ਦੋ ਟਾਈਮ ਦਾ ਠੰਡਾ ਠਾਰ ਕੋਈ ਵੀਰ ਮੇਰੇ ਮੌਕੇ 'ਤੇ ਦਰਵਾਜ਼ੇ ਤੇਰੇ 'ਤੇ ਆ ਜਾਂਦਾ, ਉਹਨੂੰ ਆਪਾਂ ਕਿੰਨਾ ਚਵਾ ਸਕਦੇ? ਆਪਾਂ ਨੂੰ 14 ਕਿਲੋ ਚਵਾ ਸਕਦੇ, 14 ਹੀ ਚਵਾ ਸਕਦੇ 14 ਕਿਲੋ ਚਵਾ ਸਕਦੇ, 3 ਟਾਈਮ ਚੋਵੇ 4 ਤੇ ਯਾਰ ਕੋਈ ਮੈਂ ਕਾਟਵਾਦ ਹੋਵੇ ਕਿ ਵੀਰ ਕੋਈ ਆਵੇ ਦਰਵਾਜ਼ੇ 'ਤੇ। ਆਪਣੀ ਗਰੰਟੀ ਵੀ 14 ਲੀਟਰ ਦੀ ਦੇ ਦੀ, ਚੱਲ 13 ਦੀ ਕਰ, ਲੇਕਿਨ ਇਹ 14 ਇਹ 14 ਗਰੰਟੀ 13 ਲੀਟਰ ਦੀ ਮੇਰੀ ਹੋ ਗਈ। ਮੇਰੇ ਵੀਰ ਨੇ ਗੱਲ ਕੀਤੀ ਹੈ 14 ਮੇਰੀ ਗਾਂ ਕੋਲੇ ਚੋਂਦਾ ਪਿਆਰਥੀ ਕਾਰਨ ਚਲ ਘਰੇਲੂ ਗਾਂ ਹੈ। ਮੇਰੇ ਵੀਰ ਨੇ ਆਹ ਗੱਲ ਕਰਨੀ ਹੈ, ਲਾਡ ਪਿਆਰ ਸ਼ਬਦ ਦਾ ਰੇਟ ਕਰਨਾ ਜਿਹੜਾ ਲੈਣਾ, ਹੁਣ ਇੰਨਾ ਕੋਈ ਰੇਟ ਕਰ ਦੇ ਛੋਟਾ ਜਿਹਾ, ਜਿਹੜਾ ਆਪਾਂ ਦੇ ਵੀਰਾਂ ਤੋਂ ਲੈ ਲੈ ਭੰਡਾ ਨਹੀਂ ਪਾ ਬਿਲਕੁਲ ਲੈਣਾ ਲੈਣਾ ਕਰਨਾ ਬਿਲਕੁਲ ਲੈਣਾ ਵੈਰ ਤਾਂ ਦੋ ਲੱਖ ਮੈਂ ਆਹ ਨਾ ਦੋ ਵਾਲੇ ਪਾਸ ਤੇਰੀ ਵੈਰ ਜਾਂਦੀ ਲੇਕਿਨ ਤੂੰ ਨਾ ਜਾ ਆਪਾਂ ਇੱਕ 85 ਦੀ ਵੈਰ ਇੱਕ ਲੱਖ ਦੇ 85 ਹਜ਼ਾਰ ਦੀ ਇੱਕ 85 ਜੋ ਮੇਰੇ ਆਏ ਦਾ ਲਾਡ ਪਿਆਰ ਹੁਣ ਕੀ ਕਰਨਾ ਕਿਉਂਕਿ
ਚੰਗਾ ਮੁਕੱਦਰ ਹੈ ਨਸੀਬ ਹੈ ਜਾਨਵਰ ਚੰਗਾ ਦਿਆਂਗੇ ਐਬ ਨੁਕਸ ਤੋਂ ਪਾਕ ਦਿਆਂਗੇ ਬਾਕੀ ਇਨਸ਼ਾਅੱਲਾ ਵਟਸਐਪ ਨੰਬਰ 0308-90-13-151 ਇਹਦੇ ਨਾਲ ਇਜਾਜ਼ਤ ਮੰਗਦੇ ਹਾਂ ਫਿਰ ਮਿਲਾਂਗੇ ਅੱਛੀ ਔਰ ਲੇਟੈਸਟ ਵੀਡੀਓ ਨਾਲ ਅੱਲਾਹ ਹਾਫਿਜ਼।